ਇੱਥੇ ਬਣਨ ਮੈਂ ਡਾਇਰੈਕਟਰ ਹੀ ਆਇਆ ਸੀ ਟੂ ਬੀ ਓਨੈਸਟ, ਹੈ ਨਾ ਵੀ ਆਪਾਂ ਡਾਇਰੈਕਸ਼ਨ ਉੱਤੇ ਕੰਮ ਸ਼ੁਰੂ ਤਾਂ ਮੈਂ ਪਹਿਲੀ ਵਾਰੀ ਆਪਦੀ ਵੀਡੀਓ ਡੀ ਓ ਪੀ ਹਾਇਰ ਕਰਕੇ ਲੈ ਕੇ ਗਿਆ, ਹੈ ਨਾ। ਸੋ ਮੈਂ ਆਪਦੇ ਮਨ ਦੇ ਵਿੱਚ ਖਿਆਲ ਬਣਾਉਂਦੇ ਰਿਹਾ, ਮੈਨੂੰ ਲੱਗਦਾ ਸੁੱਖ ਭਾਈ ਨੂੰ ਮੈਂ ਪਹਿਲੀ ਵਾਰੀ ਗੱਲ ਦੱਸਣਾ ਵੀ ਠੀਕ ਹੈ ਵੀ ਸੁੱਖ ਭਾਈ ਨਾਲ ਵੀ ਮਤਲਬ ਜੇ ਮੇਰੀ ਪਲੇਸ ਆ ਤਾਂ ਕੀ ਆ, ਮੈਂ ਕਿਹਾ ਚੱਲ ਮੈਂ ਡੀ ਓ ਪੀ ਬਣ ਜੂੰਗਾ। ਉਦੋਂ ਮੇਰਾ ਕੋਈ ਡੀ ਓ ਪੀ ਵਾਲਾ ਵਿਚਾਰ ਨਹੀਂ ਸੀ। ਸੋ ਮੈਨੂੰ ਐਂ ਨਾ ਬੜੀਆਂ ਇਲੂਜਨਸ ਦੇਖਦੀਆਂ ਹੁੰਦੀਆਂ ਵੀ ਸੁੱਖ ਭਾਜੀ ਡਾਇਰੈਕਟਰ ਵਾਲੀ ਚੇਅਰ 'ਤੇ ਬੈਠੇ ਨੇ, ਮੈਂ ਡੀ ਓ ਪੀ ਵਾਲੀ ਚੇਅਰ 'ਤੇ ਬੈਠਾ, ਅਤੇ ਜਿੱਦਣ ਉਹ ਸੱਚੀ ਜਿੱਦਣ ਅਸੀਂ ਪਹਿਲਾਂ ਸੀਨ ਸ਼ੂਟ ਕਰ ਰਹੇ ਸੀ ਅਰਮਾਨ ਬਾਈ ਦੇ ਨਾਲ, ਹੈ ਨਾ, ਅਤੇ ਜਿੱਦਣ ਮੈਂ ਉਸ ਚੇਅਰ ਦੇ ਉੱਤੇ ਬੈਠਾ ਸੀਗਾ ਅਤੇ ਮੈਨੂੰ ਮਤਲਬ ਕਿ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਸੀ ਵੀ ਜੋ ਤੁਸੀਂ ਸੋਚਦੇ ਹੋ ਅਤੇ ਜੇ ਤੁਸੀਂ ਸੱਚੀ ਨੀਤ ਅਤੇ ਸੱਚੀ ਇੰਟੈਂਸ਼ਨਸ ਦੇ ਨਾਲ ਸੋਚਦੇ ਹੋ, ਵਾਹਿਗੁਰੂ ਤੁਹਾਡੀ ਅਰਦਾਸ ਜ਼ਰੂਰ ਸੁਣਦਾ, ਤੁਹਾਡੇ ਮੋਢਿਆਂ 'ਤੇ ਬੈਠਾ, ਤੁਹਾਡੇ ਨਾਲ ਗੱਲਾਂ ਕਰਦਾ ਹੀ ਰਹਿੰਦਾ, ਹੈ ਨਾ। ਸੋ ਮੈਨੂੰ ਇੱਕ ਉਹ ਬਹੁਤ ਵੱਡਾ ਮੇਰਾ ਸੁਪਨਾ ਜਿਹੜਾ ਵੀ ਮਤਲਬ ਸੱਚ ਹੋਣ ਦੇ ਬਰਾਬਰ ਸੀਗਾ। ਸੋ ਅਸੀਂ ਮਤਲਬ ਉਹ ਮੈਨੂੰ ਯਾਦਗਾਰੀ ਪਲ ਸਾਰੀ ਲਾਈਫ ਦਾ, ਕਿਉਂਕਿ ਉਹ ਚੇਂਜਿੰਗ ਆ, ਇਹ ਸਾਡਾ ਇੱਕ ਘਰ ਆ ਜਿਹੜਾ ਅਸੀਂ ਪਹਿਲੀ ਵਾਰੀ ਬਣਾ ਰਹੇ ਹਾਂ ਇਹਦੀ ਛਾਂ ਦੇ ਹੇਠ ਅਸੀਂ ਸਾਰਿਆਂ ਨੇ ਰਹਿਣਾ। ਤੁਹਾਨੂੰ ਡਿਊਰਿੰਗ ਸ਼ੂਟ ਸਟ੍ਰਿਕਟ ਕੌਣ ਸੀ, ਡੀ ਓ ਪੀ ਸਾਹਿਬ ਕਿ ਡਾਇਰੈਕਟਰ ਸਾਹਿਬ? ਡਾਇਰੈਕਟਰ ਸਾਹਿਬ ਨਹੀਂ, ਪਰ ਵਧੀਆ ਆਈ ਥਿੰਕ ਸੁੱਖ ਬਿਕਾਜ਼ ਹੀ ਸਟ੍ਰਿਕਟ, ਮੈਂ ਮੇਰੇ ਚੋਂ ਬੈਟਰ ਨਿਕਲ ਕੇ ਆਉਂਦਾ ਜਿਹੜਾ ਮੈਂ ਕੰਮ ਕਰਦੀ ਹਾਂ, ਹੀ ਬ੍ਰਿੰਗਸ ਦ ਬੈਸਟ ਆਊਟ ਆਫ ਮੀ। ਤਨੂੰ ਨੇ ਇੱਕ ਵਾਰੀ 25 ਟੇਕ ਦਿੱਤੇ ਸੀ ਯਾਰ, ਨਹੀਂ 1 ਟੇਕ ਜਿਹੜਾ 25 ਟੇਕ, ਉਹਦੇ ਵਿੱਚ ਬਹੁਤ ਚੀਜ਼ਾਂ ਸੀ ਚੀਮੇ ਭਾਜੀ ਵਾਲਾ, ਪਾਰਟੀ ਪੂਰਟੀ ਕਰਕੇ ਘਰੇ ਵੜਦੀ ਆ ਤੇ ਚੀਮਾ ਭਾਜੀ ਵਾਲਾ ਸਾਗਤ ਸਟੋਰੀ ਨਹੀਂ ਸੁਣਾਉਣੀ ਸਾਰੀ। ਅੱਛਾ, ਪਰ 25 ਸਟੋਰੀ, ਪਰ 25 ਟੇਕ ਹੋਏ ਸੀ ਸਾਡੀ, ਹਾਂਜੀ 26 ਸੀਗੇ, ਇੱਕ ਵੱਧ ਸੀਗੇ 26 ਟੇਕ। ਚੀਮਾ ਭਾਜੀ ਦੀ ਮੈਂ ਗੱਲ ਦੱਸਦਾ, ਹੈ ਨਾ, ਹੁਣ ਅਤੇ ਉਦੋਂ ਨਾ ਲੈਪਟੋਪ 'ਤੇ ਉਹਨਾਂ ਦਾ ਸੀਗਾ ਸੀਨ, ਉਹ ਕੰਮ ਕਰ ਰਹੇ ਅਤੇ ਤਨੂ ਨੇ ਐਂਟਰ ਹੋਣਾ ਸੀਗਾ ਅਤੇ ਉਹਨਾਂ ਦਾ ਨਾ ਲੈਪਟੋਪ ਡੈਡ ਹੋ ਗਿਆ ਅਤੇ ਉਹ ਹੁਣ ਇੰਨੇ ਟੇਕ ਚੱਲੀ ਜਾਂਦੇ, ਉਹ ਲੈਪਟੋਪ ਨੇ ਡੈਡ ਹੋਣਾ ਹੀ ਸੀਗਾ ਅਤੇ ਉਹ ਨਾ ਫਿਕਸ ਕਰ ਰਹੇ ਅਤੇ ਉੱਧਰ ਸਾਡਾ ਜਿਹੜੀ ਏ ਡੀ ਸੀਗੀ ਉਹ ਸੀ ਬੰਬੇ ਦੀ ਅਤੇ ਉਹ ਆ ਕੇ ਚਲੋ ਜਿਵੇਂ ਉਹਦਾ ਹੈ ਨਾ ਉੱਧਰ ਦਾ ਮਾਹੌਲ ਹੁੰਦਾ ਵੀ ਚਲੋ ਹੁਣ ਉੱਧਰ ਚੀਮਾ ਭਾਜੀ ਸਟ੍ਰੈਸ, ਹੈ ਨਾ, ਵੀ ਸਾਡਾ ਸ਼ੋਟ ਨਹੀਂ ਹੋਇਆ, ਕਦੇ ਫੋਕਸ ਵਾਲਾ ਆਊਟ ਕਰ ਦਿਆ ਕਰੇ, ਕਦੇ ਕੈਮਰਾ ਹਿੱਲ ਜਿਆ ਕਰੇ, ਕਦੇ ਆਰਟ ਐਕਟਰ, ਹੈ ਨਾ, ਅਤੇ ਉਹ ਨਾ ਕਹਿੰਦੇ ਚਲੋ ਸਰ ਜਲਦੀ, ਹਨੇਰਾ ਵੀ ਹੋ ਗਿਆ ਸੀਗਾ, ਕਹਿੰਦੇ ਜਲਦੀ ਸਰ ਨਾ, ਚੀਮੇ ਭਾਜੀ ਨੂੰ ਪਹਿਲੀ ਵਾਰ ਮੈਂ ਗੁੱਸੇ 'ਚ ਦੇਖਿਆ, ਹੈ ਨਾ, ਉਹ ਵੀ ਹਿੰਦੀ 'ਚ, ਹੈ ਨਾ, ਉਹ ਕਹਿੰਦੇ ਚਲੋ ਨਾ, ਉਹਨਾਂ ਨੇ ਨਾ ਦੋ ਤਿੰਨ ਮੇਰੇ ਕਿਹਾ ਮੈਡਮ ਧੀਰੇ ਬੋਲੋ, ਆਰਟਿਸਟ ਜੋ ਹੈ ਨਾ ਡਿਸਟਰਬ ਹੋਤਾ ਹੈ, ਹੈ ਨਾ, ਉਹ ਥੋੜ੍ਹਾ ਜਿਹਾ ਦੋ ਕੁ ਵਾਰੀ ਆਈ, ਉਹ ਤੀਜੀ ਚੌਥੀ ਵਾਰੀ ਆਈ ਨਾ ਇਹ ਕਿਤੇ ਕਰਦੇ ਸੀਗੇ, ਉਹਦੇ ਪਲੱਗ ਲਾਉਂਦੇ ਸੀ, ਉਹ ਕਹਿੰਦੇ ਚਲੋ ਸਰ, ਉਹ ਮੈਡਮ ਜੀ ਤੁਹਾਨੂੰ ਦਿਖ ਨਹੀਂ ਰਿਹਾ ਇਸ ਕੀ ਬੈਟਰੀ ਮਰ ਗਈ ਸੀ, ਉਹ ਮੈਡਮ ਜੀ ਇਸ ਕੀ ਬੈਟਰੀ ਮਰ ਗਈ ਹੈ, ਆਪ ਮੇਰੇ ਕਾਨ ਮੇ ਚਲਾਓਗੇ ਤਾਂ ਮੈਂ ਐਕਟ ਕੈਸੇ ਕਰੂੰਗਾ। ਪਰ ਇੰਨੇ ਗਹਿਮਾ ਗਹਿਮੀ ਦੇ ਮਾਹੌਲ ਤੋਂ ਬਾਅਦ ਵੀ ਦੇਖੋ ਮਰ ਗਈ ਹੈ, ਨਹੀਂ ਉੱਥੇ ਤਨੂੰ ਦਾ ਸ਼ਾਟ ਹੈ ਤੇ ਸਰਬਜੀਤ ਚੀਮੇ ਭਾਜੀ ਦਾ, ਹੈ ਨਾ। ਮੈਂ ਕੀ ਦੇਖ ਰਿਹਾ ਵੀ ਅਰਮਾਨ ਵੀਰਾ ਸਾਈਡ ਤੇ ਸੋਫੇ ਤੇ ਬੈਠਾ ਹੋਇਆ, ਹਰ ਟੇਕ ਦੇ ਬਾਅਦ ਜਾ ਕੇ ਤਨੂੰ ਨੂੰ ਹੌਸਲਾ ਦੇ ਰਿਹਾ, ਤੁਸੀਂ ਕਰ ਲੈਣਾ, ਤੁਸੀਂ ਕਰ ਮੋੜ ਛੋੜ ਕੇ ਗੱਲ ਉੱਥੇ ਹੀ ਆਉਂਦੀ ਹੈ, ਹਾਣਾ ਵੀ ਤੁਸੀਂ ਕਰ ਲੈਣਾ, ਮਤਲਬ ਕੈਮਿਸਟਰੀ ਦੀ ਗੱਲ ਹੈ, ਹਾਂ ਵੀ ਮੋਟੀਵੇਸ਼ਨ ਮੋਟੀਵੇਟ। ਜਦੋਂ ਮੈਂ ਵੀ ਕਿਤੇ ਫਸਦਾ ਸੀ ਤੈਨੂੰ ਵੀ ਦੱਸਦੇ ਸੀ ਮੈਨੂੰ, ਆਬਵੀਅਸਲੀ ਕਿਤੇ ਨਾ ਫਸ ਗਿਆ ਸੀ, ਮਤਲਬ ਕਿਤੇ ਸ਼ਾਰਟ ਦੇ ਵਿੱਚ ਸਲਾਹ ਦਿੰਦੇ ਸੀ ਨਾ, ਫਿਰ ਵੀ ਇਦਾਂ ਕਰੇਗਾ ਤਾਂ ਬੈਟਰ ਹੋ ਜੂ, ਕਿਉਂਕਿ ਐਕਸਪੀਰੀਅੰਸ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਇਹਨਾਂ ਨੇ, ਨਹੀਂ ਨਹੀਂ ਜ਼ਰੂਰੀ ਹੈ ਜ਼ਰੂਰੀ ਹੈ, ਪਰਮਾਤਮਾ ਸਾਥ ਬਰਕਰਾਰ ਰੱਖੇ, ਹਾਂਜੀ ਹਾਂਜੀ ਵੱਡੀ ਗੱਲ ਇਹ।